ਪੰਜਾਬ 'ਚ ਜਲਦ ਹੀ ਨਵੀਂ ਖੇਤੀਬਾੜੀ ਨੀਤੀ ਲਾਗੂ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੂਬੇ ਦੀ ਖੇਤੀਬਾੜੀ ਨੀਤੀ ਦਾ ਖਰੜਾ ਤਿਆਰ ਕਰ ਲਿਆ। ਇਸ ਖਰੜੇ ਨੂੰ ਸੂਬਾ ਸਰਕਾਰ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਕੋਲ ਸੁਝਾਅ ਦੇ ਲਈ ਭੇਜ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਸੁਝਾਅ ਆਉਣ ਤੋਂ ਬਾਅਦ ਹੀ ਸੂਬਾ ਸਰਕਾਰ ਦੇ ਵੱਲੋਂ ਖੇਤੀਬਾੜੀ ਨੀਤੀ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਹ ਨੀਤੀ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਦੀ ਅਗਵਾਈ ਦੇ ਵਿੱਚ 11 ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਨੀਤੀ ਨੂੰ ਪੰਜਾਬ ਦੇ 1 ਲੱਖ ਤੋਂ ਵੱਧ ਲੋਕਾਂ ਦੇ ਸੁਝਾਵਾਂ ਨਾਲ ਤਿਆਰ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਖੇਤੀਬਾੜੀ ਨੀਤੀ ਦੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਨਾਲ ਵਾਤਾਵਰਣ ਦਾ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਹੁਣ ਇਸ ਮਾਮਲੇ 'ਤੇ ਕਿਸਾਨਾਂ ਦਾ ਬਿਆਨ ਸਾਹਮਣੇ ਆਇਆ ਹੈ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਸ ਨੀਤੀ ਤੋਂ ਅਸੰਤੁਸ਼ਟੀ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਡਰਾਫਟ ਜੋ ਹੈ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਕਿਸਾਨ ਇਸ ਨੂੰ ਆਸਾਨੀ ਦੇ ਨਾਲ ਪੜ੍ਹ ਸਕਣ ਅਤੇ ਸਮਝ ਸਕਣ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਇਸ 'ਤੇ ਲੱਖੋਵਾਲ ਨੇ ਕਿਹਾ ਕਿ ਸਾਨੂੰ ਕੋਈ ਝੋਨਾ ਬੀਜਣ ਦਾ ਸ਼ੌਕ ਨਹੀਂ ਹੈਗਾ, ਅਸੀਂ ਬਾਕੀ ਫਸਲਾਂ ਬੀਜ ਲਵਾਂਗੇ ਲੇਕਿਨ ਸਾਨੂੰ ਬਾਕੀ ਫਸਲਾਂ 'ਤੇ MSP ਦੀ ਗਾਰੰਟੀ ਚਾਹੀਦੀ ਹੈ। ਅਤੇ ਉਹਨਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਨਹਿਰੀ ਪਾਣੀ ਜੋ ਹੈ ਖੇਤਾਂ ਤੱਕ ਪਹੁੰਚਾਇਆ ਜਾਵੇ। ਲੱਖੋਵਾਲ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਰਕਾਰ ਨੇ ਸਾਡਾ ਖੇਤੀ ਨੀਤੀ 'ਤੇ ਜਿਹੜਾ ਡਰਾਫਟ ਅੱਜ ਰਿਲੀਜ਼ ਕੀਤਾ ਉਹਦੇ ਸਾਨੂੰ ਥੋੜ੍ਹੇ ਜਿਹੇ ਇਤਰਾਜ਼ ਆ, ਜੇ ਪੂਰੀ ਤਰ੍ਹਾਂ ਘੋਖ ਕੇ ਅਸੀਂ ਪੜ੍ਹਾਂਗੇ। ਅੱਜ ਸਾਡੀ SKM ਦੀ ਮੀਟਿੰਗ ਵੀ ਹੋ ਰਹੀ ਹੈ, ਉਹਦੇ 'ਚ ਵੀ ਵਿਚਾਰਾਂਗੇ। ਅਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬੀ ਹਾਂ, ਇਹਨੂੰ ਪੰਜਾਬੀ ਦੇ ਵਿੱਚ ਹੀ ਡਰਾਫਟ ਨੂੰ ਦੁਬਾਰਾ ਤਿਆਰ ਕਰਕੇ ਜਿਹੜਾ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਕਿ ਹਰੇਕ ਕਿਸਾਨ ਇਹਨੂੰ ਪੜ੍ਹ ਸਕੇ ਅਤੇ ਉਹਦੇ ਇਹਨੂੰ ਘੋਖ ਸਕੇ। ਦੂਸਰਾ, ਇਹਨਾਂ ਨੇ ਕਿਹਾ ਵੀ ਪਾਣੀ ਨਜਾਇਜ਼ ਵਰਤਿਆ ਜਾਂਦਾ, ਪਾਣੀ ਖਤਮ ਹੋ ਰਿਹਾ, ਝੋਨੇ 'ਤੇ ਪਾਬੰਦੀ ਲੱਗਣੀ ਚਾਹੀਦੀ ਆ, ਸਾਨੂੰ ਕੋਈ ਸ਼ੌਕ ਨਹੀਂ ਝੋਨਾ ਬੀਜਣ 'ਤੇ, ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਹਾਂ ਵੀ ਸਾਨੂੰ ਬਾਕੀ ਫਸਲਾਂ 'ਤੇ MSP ਦੀ ਗਰੰਟੀ ਦਿਓ। ਪੰਜਾਬ ਸਰਕਾਰ ਨੇ ਵੀ ਮੰਨਿਆ ਸੀ ਵੀ ਅਸੀਂ ਦੇਵਾਂਗੇ ਗਰੰਟੀ, ਸਬਜ਼ੀ 'ਤੇ ਦੇਵਾਂਗੇ, ਮੂੰਗੀ 'ਤੇ ਦੇਵਾਂਗੇ, ਪਰ ਪੰਜਾਬ ਸਰਕਾਰ ਵੀ ਗਰੰਟੀ ਤੋਂ ਭੱਜ ਗਈ ਆ। ਜਿਹੜੀ ਵੀ ਫਸਲ ਦੀ ਸਾਨੂੰ ਇਹ ਗਰੰਟੀ ਦੇਣਗੇ, ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਫਸਲ ਪੰਜਾਬ ਦੇ ਵਿੱਚ ਬੀਜਾਂਗੇ। ਅਤੇ ਦੂਸਰਾ, ਸਾਨੂੰ ਜਿਹੜਾ ਨਹਿਰੀ ਪਾਣੀ ਆ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬਵੈੱਲਾਂ ਦਾ ਧਰਤੀ ਥੱਲੜਾ ਪਾਣੀ ਜਿਹੜਾ ਬਚਾਇਆ ਜਾਵੇ ਅਤੇ ਪਾਣੀ ਨੂੰ ਜਿਹੜਾ ਰੀਚਾਰਜ ਕਰਨ ਦਾ, ਜਿਵੇਂ ਹੁਣ ਮੀਂਹ ਪੈ ਰਿਹਾ ਪਾਣੀ ਨੂੰ ਰੀਚਾਰਜ ਕਰਨ ਦਾ ਇਹ ਦੱਸਣ। ਅਤੇ ਆਉਣ ਵਾਲੇ ਦਿਨਾਂ 'ਚ ਅਸੀਂ ਬਾਕੀ ਘੋਖ ਕੇ ਵੀ ਇਹਦੇ ਬਾਰੇ ਦੱਸ ਦੇਵਾਂਗੇ।